ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ। ਜਲੰਧਰ ਫਗਵਾੜਾ ਹਾਈਵੇ 'ਤੇ ਬਣਿਆ ਉਹ ਕਾਲਜ ਜਿੱਥੇ ਬੱਚਿਆਂ ਨੂੰ ਸਿਰਫ ਪੜ੍ਹਾਇਆ ਹੀ ਨਹੀਂ ਜਾਂਦਾ, ਬਲਕਿ ਉਹਨਾਂ ਦੇ ਸਰਵਪੱਖੀ ਵਿਕਾਸ ਦੇ ਨਾਲ ਨਾਲ ਉਹਨਾਂ ਨੂੰ ਸਮਾਜ ਵਿੱਚ ਵਿਚਰਨ ਅਤੇ ਨੌਕਰੀ ਦੇ ਯੋਗ ਵੀ ਬਣਾਇਆ ਜਾਂਦਾ। ਇੱਕ ਸੁਪਨਾ ਲੈ ਕੇ ਇਸ ਕਾਲਜ ਦੀ ਸ਼ੁਰੂਆਤ ਪ੍ਰੋਫੈਸਰ ਜਤਿੰਦਰ ਸਿੰਘ ਬੇਦੀ ਵੱਲੋਂ ਕੀਤੀ ਗਈ ਅਤੇ ਸੁਪਨਿਆਂ ਨੂੰ ਸਾਕਾਰ ਕੀਤਾ ਉਹਨਾਂ ਦੀ ਹੋਨਹਾਰ ਸੋਚ ਅਤੇ ਐਕਸਪਰਟ ਅਧਿਆਪਕਾਂ ਦੀ ਟੀਮ ਨੇ। ਆਪਣੀ ਹਿੰਮਤ ਅਤੇ ਲਗਨ ਸਦਕਾ ਬਹੁਤ ਥੋੜੇ ਸਮੇਂ ਵਿੱਚ ਹੀ ਅਹਿਮ ਮੁਕਾਮ ਹਾਸਲ ਕਰ ਗਏ। ਮਾਨਤਾ ਪ੍ਰਾਪਤ ਇਸ ਕਾਲਜ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਇੰਟਰਨੈਸ਼ਨਲ ਐਕਸਪੋਜਰ ਵੀ ਦਿੱਤਾ ਜਾਂਦਾ ਹੈ। ਸੋ ਸਵਾਗਤ ਕਰਦੇ ਹਾਂ ਪ੍ਰੋਫੈਸਰ ਸਾਹਿਬ ਦਾ, ਜਿਨ੍ਹਾਂ ਨੇ ਇਸ ਉਪਰਾਲਾ ਕੀਤਾ ਹੈ। ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਟੀ ਵੀ ਚੈਨਲ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ, ਵਿਦਿਆਰਥੀਆਂ ਦਾ ਅਤੇ ਉਹਨਾਂ ਦੇ ਪੇਰੈਂਟ ਜਿਹੜੇ ਸ਼ੋਅ ਦੇਖ ਰਹੇ ਆ, ਮੇਰੇ ਵੱਲੋਂ ਅਤੇ ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ ਵੱਲੋਂ ਬਹੁਤ ਬਹੁਤ ਧੰਨਵਾਦ ਅਤੇ ਸਤਿ ਸ਼੍ਰੀ ਅਕਾਲ ਜੀ। ਸੋ ਪ੍ਰੋਫੈਸਰ ਸਾਹਿਬ, ਜਿਵੇਂ ਆਪਾਂ ਹੁਣੇ ਗੱਲ ਕਰ ਰਹੇ ਸੀ ਪ੍ਰੋਗਰਾਮ ਤੋਂ ਪਹਿਲਾਂ, ਕਿ ਤੁਸੀਂ ਆਪਣੇ ਸਾਰੀ ਜਿਹੜਾ ਜ਼ਿੰਦਗੀ ਹੈ, ਸਾਰਾ ਆਪਣੀ ਲਾਈਫ ਜਿਹੜੀ ਹੈ, ਉਹ ਇੱਕ ਪ੍ਰੋਫੈਸਰ ਦੇ ਤੌਰ 'ਤੇ ਜਾਂ ਹੈੱਡ ਆਫ ਡਿਪਾਰਟਮੈਂਟ ਦੇ ਤੌਰ 'ਤੇ ਜਿਹੜੀ ਹੰਡਾਈ ਹੈ, ਸੋ ਕਿਵੇਂ ਦਾ ਐਕਸਪੀਰੀਅੰਸ ਰਿਹਾ ਉਸ ਦੌਰਾਨ, ਔਰ ਜਦੋਂ ਹੁਣ ਇੱਕ ਬੱਚਿਆਂ ਦੇ ਭਵਿੱਖ ਬਣਾਉਣ ਦੀ ਵਾਰੀ ਆਈ, ਤੁਸੀਂ ਇੱਕ ਇਨੀਸ਼ੀਏਟਿਵ ਲਿਆ, ਇੱਕ ਉਪਰਾਲਾ ਕੀਤਾ ਕਿ ਇੱਕ ਕਾਲਜ ਖੋਲ੍ਹਿਆ ਜਾਵੇ ਜਿੱਥੇ ਬੱਚਿਆਂ ਨੂੰ ਸਹੀ ਗਾਈਡੈਂਸ ਦੇ ਕੇ ਉਹਨਾਂ ਦੇ ਜੀਵਨ ਬਣਾਇਆ ਜਾਵੇ। ਸੋ ਸਫ਼ਰ ਕਿਵੇਂ ਦਾ ਰਿਹਾ ਜਦੋਂ ਤੁਸੀਂ ਕਾਲਜ ਜੁਆਇਨ ਕੀਤਾ ਔਰ ਤੁਸੀਂ ਹੁਣ ਕਾਲਜ ਚਲਾ ਰਹੇ ਹੋ? ਨਹੀਂ ਜੀ, ਬਿਲਕੁਲ ਤੁਸੀਂ ਠੀਕ ਪੁੱਛਿਆ। 38 ਸਾਲ ਜ਼ਿੰਦਗੀ ਦੇ, ਆਈ ਸਟਾਰਟਿਡ ਮਾਈ ਕੈਰੀਅਰ ਐਟ ਦੇ ਏਜ ਆਫ 22 ਅਤੇ 60 ਸਾਲ ਦੀ ਉਮਰ ਵਿੱਚ ਮੈਂ ਰਿਟਾਇਰ ਹੋਇਆ ਅਤੇ 38 ਸਾਲ ਮੈਂ ਚੰਗੇ ਚੰਗੇ ਪੰਜਾਬ ਦੇ ਕਾਲਜਿਜ਼ ਵਿੱਚ, ਜਿਵੇਂ ਖਾਲਸਾ ਕਾਲਜ ਅੰਮ੍ਰਿਤਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਜਲੰਧਰ ਦੇ ਕਾਲਜਿਜ਼ ਨਾਲ ਮੈਂ ਜੁੜਿਆ ਰਿਹਾ ਅਤੇ ਆਪਣੇ 38 ਸਾਲ ਦੇ ਕੈਰੀਅਰ ਦੌਰਾਨ ਮੈਂ ਆਹੀ ਦੇਖਿਆ ਕਿ ਉਸ ਵੇਲੇ ਦਾ ਅਤੇ ਹੁਣ ਵੇਲੇ ਦਾ ਵੈਸੇ ਫਰਕ ਵੀ ਨਹੀਂ ਸੀ, ਬਹੁਤ ਹੋ ਗਿਆ। ਇਹ ਉਸ ਵੇਲੇ ਉਹ ਆਰਟਸ ਦੇ ਕਾਲਜਾਂ ਦਾ ਚਲਨ ਬਹੁਤ ਹੁੰਦਾ ਸੀ, ਅੱਜ ਕੱਲ੍ਹ ਆਰਟਸ ਦੇ ਕੋਰਸਿਸ ਬਹੁਤ ਘੱਟ ਗਏ ਆ ਅਤੇ ਅੱਜ ਕੱਲ੍ਹ ਕੋਈ ਸਟੂਡੈਂਟਸ ਨੂੰ ਇੰਟਰਸਟ ਵੀ ਨਹੀਂ ਹੈਗਾ, ਨਾ ਹੀ ਜੋਬਸ ਹੈ। ਅੱਜ ਕੱਲ੍ਹ ਦਾ ਜ਼ਮਾਨਾ ਪ੍ਰੋਫੈਸ਼ਨਲਿਜ਼ਮ ਦਾ ਜ਼ਮਾਨਾ ਹੈ, ਬੱਚੇ ਉਹ ਕੋਰਸ ਕਰਨਾ ਚਾਹੁੰਦੇ ਆ ਜਿਨ੍ਹਾਂ ਨਾਲ ਉਹਨਾਂ ਨੂੰ ਜੋਬ ਮਿਲੇ। ਉਸ ਵੇਲੇ ਸਰਕਾਰੀ ਜੋਬ ਬਹੁਤ ਹੁੰਦੀਆਂ ਸੀ ਜਦੋਂ ਪਹਿਲੀ ਇੱਕ ਸਮਾਂ ਸੀ, ਅਤੇ ਅੱਜ ਕੱਲ੍ਹ ਸਰਕਾਰੀ ਜੋਬ ਨਹੀਂ, ਅੱਜ ਕੱਲ੍ਹ ਪ੍ਰਾਈਵੇਟ ਅਦਾਰੇ ਦੀ ਜੋਬਾਂ, ਅਤੇ ਪ੍ਰਾਈਵੇਟ ਅਦਾਰੇ ਦੇਖ ਦੇਖ ਵੀ ਬੱਚੇ ਵਿੱਚ ਕਿੰਨਾ ਪ੍ਰੋਫੈਸ਼ਨਲਿਜ਼ਮ ਹੈ, ਬੱਚਾ ਕਿੰਨੀ ਕੁ ਪ੍ਰੋਫੈਸ਼ਨਲ ਐਕਸੀਲੈਂਸ ਰੱਖਦਾ ਅਤੇ ਬੱਚੇ ਨੇ ਕਿਹੜਾ ਕੋਰਸ ਕੀਤਾ ਹੋਇਆ। ਅਤੇ ਇਸ ਕਰਕੇ ਅਸੀਂ ਇਹੋ ਜਿਹੇ ਆਪਣੇ ਕਾਲਜ ਵਿੱਚ ਇੰਟੈਂਸ਼ਨਲੀ ਇਹੋ ਜਿਹੇ ਕੋਰਸ ਲੈ ਕੇ ਆਏ ਹਾਂ ਤਾਂ ਕਿ ਬੱਚੇ ਦਾ ਭਵਿੱਖ ਇੱਕ ਸਿਰਫ ਆ ਨਹੀਂ ਕਿ ਬੱਚੇ ਨੇ ਫੀਸਾਂ ਦੇ ਦਿੱਤੀਆਂ ਅਤੇ ਡਿਗਰੀ ਕਨਵੋਕੇਸ਼ਨ ਅਤੇ ਡਿਗਰੀ ਮਿਲ ਗਈ, ਕਿਸੇ ਵੱਡੇ ਮਹਾਨ ਸ਼ਖਸੀਅਤ ਨੂੰ ਬੁਲਾ ਕੇ ਡਿਗਰੀ ਦੇ ਦਿੱਤੀ ਅਤੇ ਬੱਚੇ ਨੂੰ ਸਤਿ ਸ਼੍ਰੀ ਅਕਾਲ ਅਤੇ ਬੱਚਾ ਡਿਗਰੀ ਲੈ ਕੇ ਇੱਧਰ ਉੱਧਰ ਘੁੰਮੇ। ਹੁਣ ਆ ਜ਼ਮਾਨਾ ਬਿਲਕੁਲ ਨਹੀਂ, ਦੇਖੋ ਬਟੀਸ਼ ਜੀ, ਜਿਹੜੇ ਬੱਚੇ 60-70% ਤੋਂ ਉੱਪਰ ਵਾਲੇ ਬੱਚੇ ਆ ਉਹਨਾਂ ਨੂੰ ਤਾਂ ਅੱਛੇ ਕਾਲਜ ਵਿੱਚ ਐਡਮਿਸ਼ਨ ਮਿਲ ਜਾਂਦੀ ਹੈ, ਕੋਈ ਸ਼ੱਕ ਨਹੀਂ ਹੈਗਾ। ਜਿਹੜੇ ਬਾਕੀ ਉਹ ਤੋਂ ਹੇਠਲੇ ਬੱਚੇ ਆ ਉਹ ਵੀ ਜੇ ਇੰਟੈਲੀਜੈਂਟ ਹੈ, ਭਾਵੇਂ ਮਾਰਕਸ ਇਜ਼ ਨੋ ਕ੍ਰਾਈਟੀਰੀਆ, ਆਈ ਹੈਵ ਸੀਨ ਕਿ ਜਿਹੜੇ ਬੱਚੇ 40% ਨੰਬਰ ਵੀ ਲਿਜਾਂਦੇ ਉਹ ਜ਼ਿੰਦਗੀ 'ਚ ਬੜੇ ਕਾਮਯਾਬ ਹੁੰਦੇ ਆ, ਕਈ 70-70% ਵਾਲੇ ਬੱਚੇ 20-25-30 ਹਜ਼ਾਰ ਦੀ ਜੋਬ 'ਤੇ ਲੱਗੇ ਹੁੰਦੇ ਆ। ਮਾਰਕਸ ਇਜ਼ ਨੋ ਕ੍ਰਾਈਟੀਰੀਆ, ਦੀ ਕ੍ਰਾਈਟੀਰੀਆ ਇਜ਼ ਹਾਊ ਯੂ ਸਿਲੈਕਟ ਦਾ ਕੋਰਸ ਐਂਡ ਵੇਅਰ ਯੂ ਸਿਲੈਕਟ ਦਾ ਕੋਰਸ ਐਂਡ ਵਿੱਚ ਕਾਲਜ ਯੂ ਸਿਲੈਕਟ। ਆਹ ਤਿੰਨ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਆਪਣੇ ਕਾਲਜ ਵਿੱਚ, ਜਿਹਦਾ ਮੈਂ ਚੇਅਰਮੈਨ ਹੈ, ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ, ਤੁਸੀਂ ਦੱਸਿਆ ਕਿ ਆ ਹਾਈਵੇ 'ਤੇ ਫਗਵਾੜੇ ਦੇ ਸ਼ੁਰੂ ਵਿੱਚ ਹੀ ਹੈ, ਮੈਂ ਇੱਥੇ ਇਹੋ ਜਿਹੇ ਕੋਰਸ ਇੰਟਰੋਡਿਊਸ ਕੀਤੇ, ਇਹੋ ਜਿਹੀਆਂ ਲੈਬਸ ਇੰਟਰੋਡਿਊਸ ਕੀਤੀਆਂ, ਇਹੋ ਜਿਹਾ ਉਪਰਾਲਾ ਕੀਤਾ, ਇਹੋ ਜਿਹੇ ਸਟਾਫ ਨੂੰ ਮੈਂ ਭਰਤੀ ਕੀਤਾ ਕਿ ਬੱਚੇ ਜਿਹੜੇ ਭਰਤੀ ਹੋਣਗੇ ਉਹ ਸਿਰਫ ਡਿਗਰੀ ਲੈ ਕੇ ਬਾਹਰ ਨਾ ਜਾਣ, ਬਲਕਿ ਉਹਨਾਂ ਬੱਚਿਆਂ ਨੂੰ ਇੱਕ ਪ੍ਰੋਫੈਸ਼ਨਲਿਜ਼ਮ ਦਾ, ਇੱਕ ਵਿਵਸਾਇਕ ਕਿੱਤੇ ਦਾ ਉਹਨਾਂ ਨੂੰ ਚੋਣ ਮਿਲੇ, ਸੰਚਾਲਨ ਮਿਲੇ। ਕਾਲਜ ਵਿੱਚ MBA, BCA, BBA, ਜਰਨਲਿਜ਼ਮ, ਐਨੀਮੇਸ਼ਨ ਅਤੇ ਹੋਰ ਵੀ ਕਈ ਤਰ੍ਹਾਂ ਦੇ ਕੋਰਸਿਸ ਕਰਵਾਏ ਜਾਂਦੇ ਨੇ, ਅਤੇ ਜਿਹੜੇ ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਜਾਣਾ ਚਾਹੁੰਦੇ ਨੇ ਉਹਨਾਂ ਲਈ 2+2 ਕ੍ਰੈਡਿਟ ਟ੍ਰਾਂਸਫਰ ਪ੍ਰੋਗਰਾਮ ਵੀ ਉਪਲਬਧ ਹੈ, ਜਿਸ ਵਿੱਚ ਬੱਚੇ 2 ਸਾਲ ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ ਅਤੇ 2 ਸਾਲ ਕੈਨੇਡਾ ਵਿੱਚ ਪੜ੍ਹ ਕੇ 4 ਸਾਲ ਦੀ ਡਿਗਰੀ ਹਾਸਲ ਕਰ ਸਕਦੇ ਨੇ, ਜਿਸ ਨਾਲ ਵਿਦਿਆਰਥੀਆਂ ਦਾ ਕਰੀਬ 20 ਲੱਖ ਰੁਪਏ ਤੱਕ ਦਾ ਬਚਤ ਵੀ ਹੁੰਦੀ ਹੈ। ਜਿੱਥੇ ਸਿਰਫ ਪੜ੍ਹਾਇਆ ਨਹੀਂ ਸਿਖਾਇਆ ਜਾਂਦਾ ਹੈ, ਜਿੱਥੇ ਸਿਰਫ ਕਰੀਅਰ ਨਹੀਂ ਭਵਿੱਖ ਬਣਾਇਆ ਜਾਂਦਾ ਹੈ, ਜਿੱਥੇ ਨੇ MBA, IT, ਕਾਮਰਸ ਅਤੇ ਹਸਪਿਟੈਲਿਟੀ ਵਿੱਚ PTU ਅਫੀਲੀਏਟਿਡ ਕੋਰਸਿਸ, 2+2 ਸਟੱਡੀ ਟ੍ਰਾਂਸਫਰ ਪ੍ਰੋਗਰਾਮ ਨਾਲ ਪਾਓ ਫੋਰਨ ਯੂਨੀਵਰਸਿਟੀ ਡਿਗਰੀ। ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ, ਐਡਮਿਸ਼ਨਸ ਲਈ ਕਾਲ ਕਰੋ 93-978-93-978। ਇਸ ਕਾਲਜ ਦਾ ਕੈਨੇਡਾ ਅਤੇ US ਦੇ ਕਈ ਕਾਲਜਿਸ ਅਤੇ ਯੂਨੀਵਰਸਿਟੀ ਦੇ ਨਾਲ ਕ੍ਰੈਡਿਟ ਟ੍ਰਾਂਸਫਰ ਪ੍ਰੋਗਰਾਮ ਨੂੰ ਲੈ ਕੇ ਟਾਈ ਅਪਸ ਹੈ, ਜਿਸ ਦਾ ਫਾਇਦਾ ਵਿਦਿਆਰਥੀ ਨੂੰ ਇਸ ਕਾਲਜ ਵਿੱਚ ਪੜ੍ਹ ਕੇ ਮਿਲਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਕਾਲਜ ਦੀ ਐਡਮਿਸ਼ਨ ਸ਼ੁਰੂ ਹੋਣ ਤੋਂ ਤੁਰੰਤ ਸੀਟ ਫੁੱਲ ਹੋ ਜਾਂਦੀਆਂ ਨੇ। ਡਾਇਰੈਕਟਰ ਪ੍ਰੋਫੈਸਰ ਜਤਿੰਦਰ ਸਿੰਘ ਬੇਦੀ ਅਨੁਸਾਰ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ 'ਤੇ ਸੀਟਾਂ ਦਿੱਤੀਆਂ ਜਾਂਦੀਆਂ ਨੇ ਅਤੇ 60% ਦੇ ਕਰੀਬ ਅਗਲੇ ਸੈਸ਼ਨ ਲਈ ਸੀਟਾਂ ਭਰ ਵੀ ਚੁੱਕੀਆਂ ਹਨ। ਮੈਂ ਹਰ ਹਫ਼ਤੇ ਆਪ ਜਾ ਕੇ ਚੈੱਕ ਕਰਦਾ ਟੀਚਰਸ ਨੂੰ ਕਿ ਟੀਚਰਸ ਕੀ ਕਰਵਾ ਰਹੇ ਆ, ਕਿ ਕੀ ਜੋ ਟੀਚਰਸ ਕਰਵਾ ਰਹੇ ਆ ਉਹ ਇੱਕ ਦਿਨ ਪਹਿਲਾਂ ਹੀ ਬੱਚਿਆਂ ਦੇ ਮੋਬਾਈਲ ਦੇ ਉੱਤੇ ਆ ਜਾਂਦਾ ਵੀ ਤੁਹਾਡਾ ਕੱਲ੍ਹ ਦਾ ਕੋਰਸ ਆ ਹੋਏਗਾ ਅਤੇ ਉਹਦੇ ਵਾਸਤੇ ਤੁਸੀਂ ਘਰੋਂ ਸਟੱਡੀ ਕਰਕੇ ਆਉਣੀ ਹੈ। ਫਿਰ ਮੰਥਲੀ ਟੈਸਟ ਹੁੰਦੇ ਆ, ਮੰਥਲੀ ਟੈਸਟ ਦੇ ਵਿੱਚ ਮੈਂ ਦੇਖਦਾ ਕਿ ਜਾ ਕੇ ਕਿੰਨੇ ਬੱਚੇ
ਅਪੀਅਰ ਹੋਏ ਆ ਅਤੇ ਕਿੰਨੇ ਬੱਚਿਆਂ ਦੇ ਕਿੰਨੇ ਪਰਸੈਂਟ ਨੰਬਰ ਹੈ, ਨੈਚੁਰਲੀ ਜੇ ਉਹਨਾਂ ਦੇ ਮੰਥਲੀ ਟੈਸਟ ਵਿੱਚੋਂ ਨੰਬਰ ਘੱਟ ਆਉਣਗੇ ਤਾਂ ਫਾਈਨਲ ਵਿੱਚ ਕੀ ਨੰਬਰ ਆਉਣਗੇ। ਆਈ ਮਾਈਸੈਲਫ ਟੇਕ ਪੇਨ ਬੀਇੰਗ ਏ ਟੀਚਰ ਕਿ ਉਹਨਾਂ ਦੇ ਬੱਚਿਆਂ ਦੇ ਨੰਬਰ ਮੰਥਲੀ ਟੈਸਟ ਵਿੱਚੋਂ ਵੀ ਆਉਣ, ਜੇ ਕੋਈ ਇਹੋ ਜਿਹਾ ਬੱਚਾ ਅਣਗਹਿਲੀ ਕਰਦਾ ਵੀ ਹੈ ਵੀ ਕੀਪ ਇਨ ਟੱਚ ਵਿਦ ਹਿਜ਼ ਪੇਰੈਂਟਸ, ਅਤੇ ਤਾਂ ਕਿ ਤਾਂ ਉਹਨਾਂ ਨੂੰ ਵੀ ਪੇਰੈਂਟਸ ਨੂੰ ਪਤਾ ਲੱਗੇ ਕਿ ਜੇ ਬੱਚੇ ਦੇ ਘੱਟ ਨੰਬਰ ਆਏ ਹੈ, ਅੱਬਲ ਤਾਂ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਜੇ ਘੱਟ ਨੰਬਰ ਆਏ, ਤਾਂ ਉਹਦੇ 'ਚ ਕਾਲਜ ਦਾ ਕੋਈ ਕਸੂਰ ਨਹੀਂ, ਬਲਕਿ ਅਸੀਂ ਬੱਚੇ ਨੂੰ ਮੋਟੀਵੇਟ ਕਰਦੇ ਹਾਂ, ਉਹਦੇ ਪੇਰੈਂਟਸ ਨੂੰ ਕਹਿੰਦੇ ਕਿ ਬੱਚੇ ਨੂੰ ਮੋਟੀਵੇਟ ਕਰੋ। ਪੀ ਟੀ ਯੂ ਐਫੀਲੇਟਿਡ ਇਸ ਕਾਲਜ ਵਿੱਚ ਜੇਕਰ ਵਿਦਿਆਰਥੀ ਪੰਜਾਬ ਵਿੱਚ ਰਹਿ ਕੇ ਵੀ ਆਪਣੀ ਪੜ੍ਹਾਈ ਪੂਰੀ ਕਰਨਾ ਚਾਹੁੰਦਾ ਹੈ ਤਾਂ ਉਹ ਪੀ ਟੀ ਯੂ ਦੇ ਨਿਯਮਾਂ ਤਹਿਤ ਪੜ੍ਹਾਈ ਕਰਵਾ ਰਹੇ ਨੇ, ਅਤੇ ਜੇਕਰ ਵਿਦਿਆਰਥੀ ਕ੍ਰੈਡਿਟ ਟ੍ਰਾਂਸਫਰ ਲੈ ਕੇ ਕੈਨੇਡਾ ਜਾਂ ਯੂ ਐਸ ਏ ਜਾਣਾ ਚਾਹੁੰਦਾ ਹੈ ਤਾਂ ਉਹ ਵੀ ਜਾ ਸਕਦਾ ਹੈ। ਕਾਲਜ ਦਾ ਇਨਵਾਇਰਮੈਂਟ ਬਹੁਤ ਅੱਛਾ ਆ, ਸਾਰੇ ਸਟਾਫ ਦੀ ਟੀਚਰਸ ਦੀ ਵਜ੍ਹਾ ਨਾਲ ਮੈਂ ਫਸਟ ਸਮੈਸਟਰ 'ਚੋਂ ਥਰਡ ਆਈ ਸੀਗੀ। ਸੋ ਜਿਹੜੀ ਵੀ ਜਿੰਨੀ ਵੀ ਇੱਥੇ ਵੀ ਫੈਸਿਲਿਟੀਜ਼ ਆ ਕਾਫੀ ਅੱਛੀ ਆ, ਹਰ ਇੱਕ ਤਰ੍ਹਾਂ ਦੀ ਇੱਥੇ ਈ ਲਰਨਿੰਗ ਹੁੰਦੀ ਆ, ਹਰ ਇੱਕ ਚੀਜ਼ ਪ੍ਰੈਜੈਂਟੇਸ਼ਨਸ ਨਾਲ ਪੜ੍ਹਾਈ ਜਾਂਦੀ ਆ। ਮਾਈ ਨੇਮ ਇਜ਼ ਗੁਰਲੀਨ ਕੌਰ ਐਂਡ ਮੈਂ ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ ਦੀ ਸਟੂਡੈਂਟ ਹਾਂ। ਮੈਂ ਇੱਥੇ ਬੀ ਸੀ ਏ ਵਿੱਚ ਸਟੱਡੀ ਕਰਦੀ ਹਾਂ ਅਤੇ ਮੈਂ ਲਾਸਟ ਪ੍ਰੀਵੀਅਸ ਆਪਣੇ ਸਮੈਸਟਰ ਦੇ ਵਿੱਚੋਂ 85% ਮਾਰਕਸ ਗੇਨ ਕੀਤੇ ਨੇ। ਜਿੱਥੇ ਸਿਰਫ ਪੜ੍ਹਾਇਆ ਨਹੀਂ ਸਿਖਾਇਆ ਜਾਂਦਾ ਹੈ, ਜਿੱਥੇ ਸਿਰਫ ਕਰੀਅਰ ਨਹੀਂ ਭਵਿੱਖ ਬਣਾਇਆ ਜਾਂਦਾ ਹੈ, ਜਿੱਥੇ ਨੇ MBA, IT, ਕਾਮਰਸ ਅਤੇ ਹਸਪਿਟੈਲਿਟੀ ਵਿੱਚ PTU ਅਫੀਲੀਏਟਡ ਕੋਰਸਿਸ, 2+2 ਸਟੱਡੀ ਟ੍ਰਾਂਸਫਰ ਪ੍ਰੋਗਰਾਮ ਨਾਲ ਪਾਓ ਫੋਰਨ ਯੂਨੀਵਰਸਿਟੀ ਡਿਗਰੀ। ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ, ਐਡਮਿਸ਼ਨਸ ਲਈ ਕਾਲ ਕਰੋ 93-978-93-978। ਵੈਲ ਇਕਿਊਪਾਈਡ ਲੈਬਸ, ਕੈਫੇਟੇਰੀਆ, ਲਾਇਬ੍ਰੇਰੀ, ਆਈਲਸ ਕਲਾਸਿਸ, ਫ੍ਰੈਂਚ ਕਲਾਸਿਸ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਸਹੂਲਤਾਂ ਵਿਦਿਆਰਥੀਆਂ ਲਈ ਇਸ ਕਾਲਜ ਵਿੱਚ ਮਿਲਦੀਆਂ ਨੇ, ਅਤੇ ਕੈਨੇਡਾ ਅਤੇ ਹੋਰਨਾਂ ਦੇਸ਼ਾਂ ਤੋਂ ਡੈਲੀਗੇਟਸ ਨੂੰ ਵੀ ਇਨਵਾਈਟ ਕੀਤਾ ਜਾਂਦਾ ਹੈ ਤਾਂ ਕਿ ਵਿਦਿਆਰਥੀਆਂ ਦੇ ਰੂਬਰੂ ਕਰਵਾਇਆ ਜਾਵੇ। ਇੱਕ 2+2 ਕੋਰਸ ਜਿਹੜਾ ਕ੍ਰੈਡਿਟ ਟ੍ਰਾਂਸਫਰ ਪ੍ਰੋਗਰਾਮ ਦੀ ਆਪਾਂ ਗੱਲ ਕਰ ਰਹੇ ਸੀ ਕਿ ਇੱਕ ਨਵੇਕਲੀ ਚੀਜ਼ ਤੁਸੀਂ ਆਪਣੇ ਕਾਲਜ ਦੇ ਵਿੱਚ ਲਿਆਉਂਦੀ ਹੈ ਕਿ ਬੱਚਾ 2 ਸਾਲ ਤੁਹਾਡੇ ਕਾਲਜ ਵਿੱਚ ਪੜ੍ਹਾਈ ਕਰੇਗਾ, ਜਿਹੜਾ ਅਕੈਡਮਿਕਲੀ ਸਟਰੋਂਗ ਨਹੀਂ ਹੈ ਜਾਂ ਆਈਲਸ ਦੇ ਬੈਂਡ ਨਹੀਂ ਕਰ ਪਾਉਂਦਾ ਜਾਂ ਪੇਰੈਂਟਸ ਕੋਲ ਫਾਈਨੈਂਸ਼ੀਅਲ ਹੈ ਨਹੀਂ ਗੇ, ਸਟੱਡੀ ਦੇ ਵਿੱਚ ਗਿਆ ਪੈ ਚੁੱਕਾ, 2 ਸਾਲ ਤੁਸੀਂ ਪੜ੍ਹਾਈ ਇੱਥੇ ਆਪਣੇ ਕਾਲਜ ਵਿੱਚ ਕਰਾਓਗੇ ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ ਵਿੱਚ, ਰਹਿੰਦੇ 2 ਸਾਲ ਉਹ ਕੈਨੇਡਾ ਵਿੱਚ ਪੜ੍ਹ ਕੇ ਜਿਹੜੀ 4 ਸਾਲ ਦੀ ਡਿਗਰੀ ਹਾਸਲ ਕਰ ਸਕਦਾ। ਸੋ ਉਸ ਪ੍ਰੋਗਰਾਮ ਬਾਰੇ ਥੋੜ੍ਹਾ ਦੱਸੋ ਕਿ ਕਿਵੇਂ ਪੋਸੀਬਲ ਆ। ਜਦੋਂ ਕਾਲਜ ਸਟਾਰਟ ਕਰਨਾ ਸੀ ਉਸ ਵੇਲੇ ਹੀ ਮੈਂ ਇਸ ਗੱਲ 'ਤੇ ਕਈ ਰਾਤਾਂ ਮੈਂ ਇਸ ਗੱਲ 'ਤੇ ਗੁਜ਼ਾਰਤੀਆਂ ਕਿ ਅਸੀਂ ਕਾਲਜ ਨੂੰ ਕਰਨਾ, ਮੈਂ ਕਈ ਕਾਲਜ ਵਿੱਚ ਆਪ ਮੈਨੂੰ ਡਾਇਰੈਕਟ ਐਕਸਪੀਰੀਅੰਸ ਸੀ ਕਾਲਜਿਸ ਦਾ ਵੀ ਅਸੀਂ ਕਿਹੜੀ ਕਾਲਜ ਦੇ ਵਿੱਚ ਖਾਸ ਚੀਜ਼ ਰੱਖੀਏ ਜਿਹਦੇ ਨਾਲ ਸਾਨੂੰ ਸਟੂਡੈਂਟ ਨੂੰ, ਸਟੂਡੈਂਟ ਕਮਿਊਨਿਟੀ ਨੂੰ ਫਾਇਦਾ ਹੋਵੇ ਤਾਂ ਕਿ ਉਹ ਬਾਹਰ ਨਿਕਲਦੇ ਉਹਨਾਂ ਨੂੰ ਜੋਬ ਮਿਲੇ ਜੀ। ਇਸ ਕਰਕੇ ਮੈਂ ਕਿਹਾ ਵੀ ਇਹੋ ਜਿਹੇ ਕੋਰਸ ਸ਼ੁਰੂ ਕੀਤੇ ਜਾਣ ਜਿਹਦੇ ਵਾਸਤੇ ਬੱਚਾ ਕੁਛ ਸਾਡੇ ਕੋਲ ਆਵੇ, ਕੁਛ ਚਿਰ ਬਾਹਰ ਵੀ ਉਹੀ ਸਟੱਡੀ ਹੈ ਜੋ ਸਾਡੇ ਸਟੱਡੀ ਹੈ। ਅਤੇ ਮੈਂ ਆਪ ਬਾਹਰ ਕੈਨੇਡਾ ਗਿਆ ਪਿਛਲੇ ਸਾਲ, ਕਈ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ UFV ਵੈਨਕੂਵਰ ਦੇ ਕੋਲ ਹੈ, ਉਹ ਜ਼ਿਆਦਾ ਟੈਕਨੀਕਲ ਯੂਨੀਵਰਸਿਟੀ ਹੈ, ਉਹ ਮਸ਼ਹੂਰ ਹੈ ਟੈਕਨੀਕਲ ਕੋਰਸਿਸ ਵਾਸਤੇ। ਅਤੇ ਇਸ ਤਰ੍ਹਾਂ ਹੀ ਜਿਹੜਾ ਸੈਨਿਕਾ ਕਾਲਜ ਹੈ ਆਹ ਟੋਰੋਂਟੋ ਦੇ ਕੋਲ ਹੈ, ਸੈਨਿਕਾ ਕਾਲਜ ਜੀ, ਅਤੇ ਇਸ ਤਰ੍ਹਾਂ ਹੀ ਫੈਨਸ਼ਾ ਕਾਲਜ ਹੈ ਆਹ ਲੰਡਨ ਹੈ, ਆਹ ਲੰਡਨ ਇਜ਼ ਨੋਟ ਦੈਟ ਲੰਡਨ ਆਫ ਇੰਗਲੈਂਡ ਬਟ ਕੈਨੇਡਾ ਦਾ ਲੰਡਨ ਹੈ। ਇਹਨਾਂ ਜਿਹੜੇ ਫੈਨਸ਼ਾ ਕਾਲਜ ਅਤੇ ਸੈਨਿਕਾ ਕਾਲਜ ਆਹ ਜ਼ਿਆਦਾ ਮੈਨੇਜਮੈਂਟ ਦੇ ਕੋਰਸ ਕਰਵਾਉਂਦੇ ਆ, ਆਹ ਜ਼ਿਆਦਾ ਬਿਜ਼ਨਸ ਦੇ ਕੋਰਸ ਕਰਵਾਉਂਦੇ ਆ, ਅਤੇ ਇਹਨਾਂ ਦੇ ਤੁਸੀਂ 2 ਸਾਲ ਇੱਥੇ ਸਾਡੇ ਲਾਓ ਅਤੇ 2 ਸਾਲ ਤੁਸੀਂ ਬਿਜ਼ਨਸ ਦਾ ਕੋਰਸ ਕਰਨ, ਇਹਦੇ BCOM ਦੇ ਕੋਰਸ ਵਗੈਰਾ 2 ਸਾਲ ਸਾਡੇ ਲਾਓ ਅਤੇ 2 ਸਾਲ ਤੁਸੀਂ ਉੱਥੇ ਕਰਨ ਜਾਓ, ਅਤੇ ਉਹ ਤੁਹਾਨੂੰ ਉਹੀ ਡਿਗਰੀ ਮਿਲਦੀ ਹੈ ਜਿਹੜੀ ਕੈਨੇਡਾ ਵਿੱਚ 4 ਸਾਲ ਲਾਉਣ ਤੋਂ ਬਾਅਦ ਮਿਲਦੀ ਹੈ ਜੀ। ਔਰ ਮੋਨੀਟਰੀ ਗੱਲ ਕਰ ਲਈਏ, ਫਾਈਨੈਂਸ਼ੀਅਲ ਦੀ ਗੱਲ ਕਰ ਲਈਏ, ਕਿੰਨਾ ਕੁ ਫਰਕ ਪੈਂਦਾ ਵਿਦਿਆਰਥੀ 2 ਸਾਲ ਇੱਥੇ ਪੜ੍ਹਦਾ ਜਾਂ 4 ਸਾਲ ਜਾ ਕੇ ਉਹਨੇ ਸਿੱਧਾ ਕੈਨੇਡਾ ਵਿੱਚ ਪੜ੍ਹਨਾ? 2 ਸਾਲ ਇੱਥੇ ਲਾਉਣ ਦਾ ਮਤਲਬ ਹੈ ਯੂ ਸੇਵ $40,000 $40,000 ਦਾ ਮਤਲਬ ਹੈ 20 ਲੱਖ ਰੁਪਇਆ। ਹਾਂ, 20 ਲੱਖ ਰੁਪਇਆ ਤੁਸੀਂ ਇੱਥੇ ਬਚਾ ਲਿਆ, ਨਾਲੇ ਤੁਸੀਂ ਆਪਣੇ ਘਰਦਿਆਂ ਦੇ ਕੋਲ ਰਹੇ ਹਾਂ, ਪੇਰੈਂਟਸ ਦੀ ਨਿਗਰਾਨੀ ਵਿੱਚ ਰਹੇ ਹਾਂ, ਪੇਰੈਂਟਸ ਨੂੰ ਕਿ ਸਾਡਾ ਬੱਚਾ ਪੜ੍ਹਦਾ ਹੈ। ਪਰ ਇੱਥੇ ਆ ਨਹੀਂ ਕਿ ਅਸੀਂ ਬਿਲਕੁਲ ਕਹਿੰਦੇ ਵੀ ਬੱਚੇ ਨੂੰ ਆਰਡਨਰੀ ਟ੍ਰੇਨਿੰਗ ਦਿੱਤੀ। ਜਿਹੜੇ ਬੱਚੇ ਸਾਡੇ ਕੋਲ ਇੰਟਰਨੈਸ਼ਨਲ ਕਲਾਸਿਸ ਵਾਸਤੇ ਆਉਂਦੇ ਆ, ਉਹਨਾਂ ਵਾਸਤੇ ਅਸੀਂ ਸੈਪਰੇਟ ਵਿੰਗ ਪਾਇਆ ਹੋਇਆ, ਜਿਵੇਂ ਇਹਦੇ ਪਿਰਾਮਿਡ ਕਾਲਜ ਦੇ 2 ਹਿੱਸੇ ਹੈ, ਇੱਕ ਇੰਟਰਨੈਸ਼ਨਲ ਵਿੰਗ, ਇੱਕ PTU ਵਿੰਗ। ਜਿਹੜੇ ਬੱਚੇ ਇੰਟਰਨੈਸ਼ਨਲ ਵਿੰਗ ਦੇ ਵਿੱਚ ਦਾਖਲ ਹੁੰਦੇ ਆ ਉਹਨਾਂ ਨੂੰ ਉਹੋ ਜਿਹਾ ਮਾਹੌਲ ਦਿੱਤਾ ਜਾਂਦਾ, ਉਹੋ ਜਿਹੇ ਕੋਰਸ ਦਿੱਤੇ ਜਾਂਦੇ ਆ। ਅਸੀਂ PTU ਦੇ ਕੋਰਸਾਂ ਨੂੰ ਥੋੜ੍ਹਾ ਜਿਹਾ ਸਿੰਕਰੋਨਾਈਜ਼ ਕਰਕੇ ਕੈਨੇਡਾ ਦੇ ਕਾਲਜਿਸ ਦੇ ਕੋਰਸ ਨਾਲ ਅਸੀਂ ਉਹਨਾਂ ਨੂੰ ਮੈਪ ਕੀਤਾ ਹੋਇਆ, ਤਾਂ ਕਿ ਬੱਚੇ ਜਦੋਂ ਕੈਨੇਡਾ ਦੇ ਕਾਲਜ 2 ਸਾਲ ਇੱਥੋਂ ਕੋਰਸ 2 ਸਾਲ ਕਰਕੇ ਕੈਨੇਡਾ 2 ਸਾਲ ਲਗਾਉਂਦੇ ਆ, ਅਤੇ ਉਹਨਾਂ ਨੂੰ ਉਹ ਹੋਵੇ ਕਿ ਅੱਜ ਜੋ ਇੱਥੇ ਮੇਰੇ ਨਾਲ ਚਾਈਨੀਜ਼ ਬੈਠੇ ਆ ਜਾਂ ਅਮੈਰੀਕਨ ਵਿਦਿਆਰਥੀ ਬੈਠੇ ਆ, ਇਹਨਾਂ ਨੇ ਜੋ ਪੜ੍ਹਿਆ ਹੋਇਆ ਮੈਂ ਉਹ ਚੀਜ਼ਾਂ ਪਿਰਾਮਿਡ ਕਾਲਜ ਤੋਂ ਪੜ੍ਹ ਕੇ ਆਇਆ, ਜੋ ਇੱਥੇ ਉੱਥੇ ਮਾਹੌਲ ਮਿਲਣਾ ਉਹ ਅਸੀਂ ਉਹਨਾਂ ਨੂੰ ਇੱਥੇ ਮਾਹੌਲ ਦੇਈਦਾ। ਜਿਹੜੇ ਟੋਪ ਦੇ ਟੀਚਰਸ ਹੈ, ਟੋਪ ਦਾ ਯੂਨੀਵਰਸਿਟੀ ਜਿਹੜੀ ਉੱਥੋਂ ਦੀ, ਉਹ ਅਸੀਂ ਇੱਥੋਂ ਦਾ ਮਾਹੌਲ ਦੇ ਕੇ ਟੋਪ ਦੇ ਟੀਚਰਸ, ਟੋਪ ਦੀਆਂ ਲੈਬਸ, ਟੋਪ ਦਾ ਮਾਹੌਲ ਸਾਰਾ, ਉਹਨਾਂ ਨੂੰ ਉਹੀ ਕੋਰਸ ਮੈਪ ਕਰਕੇ ਅਸੀਂ ਉਹਨਾਂ ਨੂੰ ਇੱਥੇ ਕਰਾ ਕੇ ਅਗਲੇ 2 ਸਾਲ ਬਾਹਰ ਭੇਜਦੇ ਨੇ। ਸਟੂਡੈਂਟ ਸੇਵ ਐਟਲੀਸਟ 20 ਲੱਖ ਰੁਪਏ। ਪਿਰਾਮਿਡ ਇਜ਼ ਏ ਰਿਪਿਊਟਡ ਬ੍ਰੈਂਡ, ਰਿਪਿਊਟਡ ਕੰਪਨੀ।
ਆਈ ਐਮ ਦਾ ਚੇਅਰਮੈਨ ਆਫ ਦੀ ਕਾਲਜ ਮੈਂ ਦੇਖਦਾ ਬੀਂਗ ਏ ਪ੍ਰੋਫੈਸਰ ਕਿ ਇਹੋ ਜਿਹਾ ਕੋਈ ਵੀ ਅਸੀਂ ਬੱਚਿਆਂ ਨਾਲ ਵਾਅਦਾ ਨਾ ਕਰੀਏ ਜਿਹੜੇ ਬੱਚੇ ਬਾਹਰ ਕਹਿਣ ਵੀ ਆ ਅਤੇ ਇੱਥੇ ਕਾਲਜ ਦੇ ਵਿੱਚ ਕਹਿੰਦੇ ਕੁਛ ਹੈ ਅਤੇ ਕਰਾਉਂਦੇ ਕੁਛ ਹੈ। ਤੁਸੀਂ ਸਾਡੇ ਸਟੂਡੈਂਟ ਨੂੰ ਆ ਕੇ ਮਿਲੋ, ਸਾਡੇ ਜਿਹੜੇ ਕੋਰਸਿਸ ਹੈ ਤੁਸੀਂ ਇੰਟਰਨੈਸ਼ਨਲ ਕੋਰਸਿਸ ਕਰੋ, ਅਸੀਂ ਤੁਹਾਨੂੰ ਵੀ ਵਿਲ ਗਿਵ ਯੂ ਗਰੰਟੀ ਕਿ ਤੁਹਾਡੇ ਵਾਸਤੇ ਪਲੇਸਮੈਂਟ ਦੀ ਕੋਈ ਪ੍ਰੋਬਲਮ ਨਹੀਂ ਆਏਗੀ। ਜਿੱਥੇ ਸਿਰਫ ਪੜ੍ਹਾਇਆ ਨਹੀਂ ਸਿਖਾਇਆ ਜਾਂਦਾ ਹੈ, ਜਿੱਥੇ ਸਿਰਫ ਕਰੀਅਰ ਨਹੀਂ ਭਵਿੱਖ ਬਣਾਇਆ ਜਾਂਦਾ ਹੈ, ਜਿੱਥੇ ਨੇ MBA, IT, ਕਾਮਰਸ ਅਤੇ ਹਸਪਿਟੈਲਿਟੀ ਵਿੱਚ PTU ਅਫੀਲੀਏਟਡ ਕੋਰਸਿਸ, 2+2 ਸਟੱਡੀ ਟ੍ਰਾਂਸਫਰ ਪ੍ਰੋਗਰਾਮ ਨਾਲ ਪਾਓ ਫੋਰਨ ਯੂਨੀਵਰਸਿਟੀ ਡਿਗਰੀ। ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ, ਐਡਮਿਸ਼ਨਸ ਲਈ ਕਾਲ ਕਰੋ 93-978-93-978। ਐਡਮਿਸ਼ਨਸ ਸਟਾਰਟ ਹੋ ਗਿਆ ਨੇ, ਔਰ ਜੇ ਹੋ ਗਈਆਂ ਨੇ ਤਾਂ ਕੀ ਕੋਈ ਟੈਸਟ ਰੱਖਿਆ ਗਿਆ ਜਾਂ ਫਸਟ ਕਮ ਫਸਟ ਸਰਵ ਦੇ ਬੇਸ ਤੇ ਤੁਸੀਂ ਐਡਮਿਸ਼ਨ ਦੇ ਰਹੇ ਹੋ, ਔਰ ਕੀ ਉਮੀਦ ਆ ਕਦ ਤੱਕ ਸੀਟਸ ਜਿਹੜੀਆਂ ਫਿਲ ਹੋ ਜਾਣਗੀਆਂ? ਮਨੀਸ਼ ਜੀ, ਜਿਸ ਤਰ੍ਹਾਂ ਦੇ ਸਾਡੇ ਕੋਰਸ ਹੈ, ਜਿਸ ਤਰ੍ਹਾਂ ਦੀ ਸਾਡੀਆਂ ਲੈਬ ਸਟੂਡੈਂਟ ਅੱਜ ਕੱਲ੍ਹ ਆ ਕੇ ਨਾ ਸਭ ਪਹਿਲਾਂ ਫਿਜ਼ੀਕਲ ਚੈਕਿੰਗ ਕਰਦੇ ਆਣ ਕਿ ਆ ਗਏ ਜੀ ਅਸੀਂ ਹੋ ਗਏ, ਤੁਸੀਂ ਸਾਨੂੰ ਐਡਮਿਸ਼ਨ ਦੇ ਦਿਓ, ਸਾਡੇ ਆ ਕੇ ਸਭ ਕੁਝ ਚੈੱਕ ਕਰਦੇ ਆ, ਸਾਡੇ ਪੁਰਾਣੇ ਸਟੂਡੈਂਟ ਨਾਲ ਕਈ ਵਾਰ ਗੱਲ ਕਰਦੇ ਆ, ਅਸੀਂ ਉਹਨਾਂ ਨੂੰ ਆਪਣੇ ਰਿਜ਼ਲਟ ਦਿਖਾਉਂਦੇ ਹਾਂ, ਸਾਰਾ ਉਹਨਾਂ ਨੂੰ ਪ੍ਰੈਜੈਂਟੇਸ਼ਨ ਦਿੰਦੇ ਹਾਂ, ਜਿਵੇਂ ਇੱਕ ਅੱਛੀ ਕੰਪਨੀ ਦੇ ਮਾਲਕ ਨੂੰ ਕੋਈ ਕਲਾਇੰਟ ਪ੍ਰੈਜੈਂਟੇਸ਼ਨ ਦਿੰਦਾ। ਸਾਡੇ ਵਾਸਤੇ ਸਾਡਾ ਸਟੂਡੈਂਟ ਇੱਕ ਅੱਛਾ ਕਲਾਇੰਟ ਹੈ, VVIP ਹੈ, ਉਹ ਸਭ ਕੁਝ ਜਦੋਂ ਉਹਨਾਂ ਨੂੰ ਜਦੋਂ ਕਨਵਿੰਸ ਹੋ ਗਿਆ, ਫਿਰ ਇੱਕ ਬੱਚਾ ਦੂਸਰੇ ਨੂੰ ਦੱਸਦਾ, ਦੂਸਰਾ, ਇਟਸ ਅ ਚੇਨ ਰਿਐਕਸ਼ਨ। ਅਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੀਆਂ 70% ਸੀਟਾਂ ਫੁੱਲ ਹੋ ਚੁੱਕੀਆਂ, ਅਤੇ ਉਹਦੇ ਵਾਸਤੇ ਫਿਰ ਜਿਹੜੇ ਫਸਟ ਕਮ ਫਸਟ ਸਰਵ ਬੇਸ 'ਤੇ ਹੀ ਹੈ, ਫਿਰ ਸਾਡੇ ਸਕੋਲਰਸ਼ਿਪ ਅਸੀਂ ਰੱਖੇ ਹੋਏ ਆ, ਜਿਹੜੇ ਅੱਛੇ ਸਟੂਡੈਂਟ ਹੈ 60% ਤੋਂ ਉੱਤੇ ਉਹਨਾਂ ਵਾਸਤੇ ਇੱਕ ਡਿਫਰੈਂਟ ਸਕੋਲਰਸ਼ਿਪ ਹੈ, 70% ਤੋਂ ਵਾਲੇ ਉਹਨਾਂ ਵਾਸਤੇ ਇੱਕ ਅਲੱਗ ਸਕੋਲਰਸ਼ਿਪ ਹੈ, ਅਤੇ ਇਸ ਤਰ੍ਹਾਂ ਸਕੋਲਰਸ਼ਿਪ ਦੇ ਬੇਸ 'ਤੇ ਵੀ ਸਾਨੂੰ ਅਸੀਂ ਇਨਕਰੇਜ ਕਰਦੇ ਸਟੂਡੈਂਟਸ ਨੂੰ। ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਮਨੀਸ਼ ਜੀ, ਥੈਂਕ ਯੂ। ਜਿੱਥੇ ਸਿਰਫ ਪੜ੍ਹਾਇਆ ਨਹੀਂ ਸਿਖਾਇਆ ਜਾਂਦਾ ਹੈ, ਜਿੱਥੇ ਸਿਰਫ ਕਰੀਅਰ ਨਹੀਂ ਭਵਿੱਖ ਬਣਾਇਆ ਜਾਂਦਾ ਹੈ, ਜਿੱਥੇ ਨੇ MBA, IT, ਕਾਮਰਸ ਅਤੇ ਹਸਪਿਟੈਲਿਟੀ ਵਿੱਚ PTU ਅਫੀਲੀਏਟਡ ਕੋਰਸਿਸ, 2+2 ਸਟੱਡੀ ਟ੍ਰਾਂਸਫਰ ਪ੍ਰੋਗਰਾਮ ਨਾਲ ਪਾਓ ਫੋਰਨ ਯੂਨੀਵਰਸਿਟੀ ਡਿਗਰੀ। ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ, ਐਡਮਿਸ਼ਨਸ ਲਈ ਕਾਲ ਕਰੋ 93-978-93-978। ਜਿੱਥੇ ਸਿਰਫ ਪੜ੍ਹਾਇਆ ਨਹੀਂ ਸਿਖਾਇਆ ਜਾਂਦਾ ਹੈ, ਜਿੱਥੇ ਸਿਰਫ ਕਰੀਅਰ ਨਹੀਂ ਭਵਿੱਖ ਬਣਾਇਆ ਜਾਂਦਾ ਹੈ, ਜਿੱਥੇ ਨੇ MBA, IT, ਕਾਮਰਸ ਅਤੇ ਹਸਪਿਟੈਲਿਟੀ ਵਿੱਚ PTU ਅਫੀਲੀਏਟਡ ਕੋਰਸਿਸ, 2+2 ਸਟੱਡੀ ਟ੍ਰਾਂਸਫਰ ਪ੍ਰੋਗਰਾਮ ਨਾਲ ਪਾਓ ਫੋਰਨ ਯੂਨੀਵਰਸਿਟੀ ਡਿਗਰੀ। ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ, ਐਡਮਿਸ਼ਨਸ ਲਈ ਕਾਲ ਕਰੋ 93-978-93-978।